ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ESS ਗਲੋਬਲ ਲੈ ਕੇ ਆਇਆ ਆਨਲਾਈਨ ਪਲੈਟਫਾਰਮ। ਹੁਣ ਘਰੇ ਬੈਠ ਕੇ ਆਨਲਾਈਨ ਕਾਉਂਸਲਿੰਗ ਲੈ ਸਕਦੇ ਹੋ, ਘਰੇ ਬੈਠ ਕੇ ਬਾਹਰ ਜਾਣ ਦੇ ਸੁਪਨੇ ਨੂੰ ਪੂਰੇ ਕਰ ਸਕਦੇ ਹੋ, ਘਰੇ ਬੈਠ ਕੇ ਤੁਸੀਂ ਆਪਣੀ ਐਡਮਿਸ਼ਨ ਡਾਕੂਮੈਂਟ ਅਪਲੋਡ ਕਰ ਸਕਦੇ ਹੋ। Welcome to Balle Balle Office. Thank you so much. How and sweet. You are looking so gorgeous today. Thank you. Dhanwad. Bahut sone lag rahe sachi. Thank you. Kive lag reha sade office aake? Bahut vadhiya. I love the office. Thank you so much. Simi, sanu dasso apne din di shuruaat kive karde ho? ਉੱਠ ਕੇ ਰੱਬ ਦਾ ਨਾਂ ਲੈ ਕੇ, ਪਹਿਲਾਂ ਤਾਂ ਉਹ ਬਹੁਤ ਜ਼ਰੂਰੀ ਚੀਜ਼ ਹੁੰਦੀ ਆ, ਅਤੇ ਫਿਰ ਥੋੜ੍ਹਾ ਜਿਹਾ ਟਰਾਈ ਕਰਦੀ ਹਾਂ ਵੀ ਪਾਣੀ ਪੀ ਲਾ। ਓਕੇ, ਪਾਣੀ ਪੀਣਾ ਵੀ ਬਹੁਤ ਜ਼ਰੂਰੀ ਆ, ਤਾਂ ਇੰਨੇ ਨਾ ਸੋਹਣੇ ਲੱਗ ਰਹੇ ਤੁਸੀਂ ਪਾਣੀ। ਕੋਈ ਪੰਜ ਚੀਜ਼ਾਂ ਜਿਹਦੇ ਬਿਨਾਂ ਤੁਸੀਂ ਘਰੋਂ ਬਾਹਰ ਨਹੀਂ ਨਿਕਲਦੇ? ਫੋਨ, ਹਾਂਜੀ ਆਈ ਗੈਸ ਅੱਜ ਕੱਲ੍ਹ ਕੋਈ ਵੀ ਫੋਨ ਦੇ ਬਿਨਾਂ ਨਹੀਂ ਰਹਿ ਸਕਦਾ। ਬਿਲਕੁਲ ਬਿਲਕੁਲ। ਲਿਪ ਬਾਮ, ਸਨਸਕ੍ਰੀਨ, ਓਕੇ, ਫੋਨ ਦਾ ਚਾਰਜਰ ਮੋਸਟ ਇੰਪੋਰਟੈਂਟ, ਅਤੇ ਬਿੰਦੀ। ਓਕੇ, ਬਿੰਦੀ ਬਿੰਦੀ ਤੁਹਾਨੂੰ ਬਹੁਤ ਸੂਟ ਕਰਦੀ ਆ, ਬਹੁਤ ਸੋਹਣੀ ਲੱਗਦੀ ਆ। ਓਕੇ ਸਿਮੀ, ਸਾਨੂੰ ਸਾਰਿਆਂ ਨੂੰ ਪਤਾ ਵੀ ਤੁਸੀਂ, ਤੁਹਾਨੂੰ ਰੀਡਿੰਗ ਦਾ ਸ਼ੌਂਕ ਹੈ, ਤੇ ਤੁਹਾਡਾ ਫੇਵਰਿਟ ਆਥਰ ਕੌਣ ਹੈ? ਮੈਂ ਨਾ ਪਰਸਨਲੀ, ਮੇਰੀ ਇੱਕ ਪ੍ਰੋਬਲਮ ਆ, ਮੈਂ ਫੇਵਰੇਟਿਜ਼ਮ 'ਚ ਬਿਲੀਵ ਕਰਦੀ ਨਹੀਂ। ਓਕੇ, ਅਤੇ ਇਸ ਲਈ ਫੇਵਰੇਟ ਆਥਰ ਤਾਂ ਕੋਈ ਨਹੀਂ ਆ, ਜਿਹਨੂੰ ਵੀ ਮੈਂ ਪੜ੍ਹ ਰਹੀ ਹੁੰਦੀ ਹਾਂ ਮੈਨੂੰ ਉਹੀ ਵਧੀਆ ਲੱਗਦੇ ਨੇ, ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਖਾਸੀਅਤ ਆ, ਸਿਰਫ ਰਾਈਟਿੰਗ 'ਚ ਨਹੀਂ, ਮੈਂ ਹਰ ਪ੍ਰੋਫੈਸ਼ਨ 'ਚ ਮੰਨਦੀ ਹਾਂ, ਹਰ ਕਿਸੇ ਦੀ ਆਪਣੀ ਆਪਣੀ ਕੋਈ ਖੂਬੀ ਹੁੰਦੀ ਆ, ਸੋ ਫੇਵਰੇਟਿਜ਼ਮ ਤੋਂ ਮੈਂ ਥੋੜ੍ਹੀ ਪਰੇ ਹੀ ਹਾਂ। ਓਕੇ, ਕਦੇ ਖੁਦ ਬੁੱਕ ਲਿਖਣ ਦਾ ਸੋਚੇ? ਇਨਸ਼ਾਅੱਲਾ। ਦੇਖੋ, ਸੋਚਦਾ ਤਾਂ ਇਨਸਾਨ ਬਹੁਤ ਕੁਛ ਆ, ਕਿਉਂਕਿ ਆਪਾਂ, ਮੈਨੂੰ ਲੱਗਦਾ ਹਰ ਰੋਜ਼ ਇੰਸਪਾਇਰ ਹੁੰਦੇ ਹਾਂ ਹੈ ਨਾ ਕਿਸੇ ਨਾ ਕਿਸੇ ਚੀਜ਼ ਤੋਂ, ਤਾਂ ਜੇ ਕੋਈ ਵੀ ਵਧੀਆ ਚੀਜ਼ ਦੇਖੀ ਦੀ ਆ, ਦੇਖ ਕੇ ਲੱਗਦਾ ਉਹ ਡਾਇਰੈਕਟਰ, ਉਹ ਰਾਈਟਰ, ਉਹ ਤਾਂ ਸਾਰਾ ਦਿਨ ਲੱਗਦਾ ਹੀ ਰਹਿੰਦਾ। ਯਾ, ਅਤੇ ਕੋਈ ਇਹੋ ਜਿਹੀ ਚੀਜ਼ ਰੂਟੀਨ ਦੀ ਜੋ ਕਦੇ ਵੀ ਤੁਸੀਂ ਮਿਸ ਨਹੀਂ ਕਰਦੇ? ਫੂਡ। ਦੇਖੋ, ਆਈ ਐਮ ਅ ਬਿਗ ਫੂਡੀ, ਮੈਨੂੰ ਬਹੁਤ ਸ਼ੌਂਕ ਆ ਖਾਣ ਦਾ, ਅਤੇ ਬਸ ਮੈਂ ਖਾਏ ਬਿਨਾਂ ਨਹੀਂ ਰਹਿ ਸਕਦੀ। ਚਲੋ, ਉਹ ਤਾਂ ਨੈਸੈਸਿਟੀ ਆ, ਬਟ ਇਹੋ ਜਿਹੀ ਪਰਟੀਕੁਲਰਲੀ ਤਾਂ ਕੁਛ ਨਹੀਂ ਆ, ਬੇਸਿਕਸ ਹੀ ਨੇ, ਸੋਣਾ ਅਤੇ ਖਾਣਾ। ਹਾਂ, ਅਤੇ ਮਤਲਬ ਤੁਸੀਂ ਆਪ ਕਦੇ ਕੁੱਕ ਕਰਦੇ ਹੋ? ਹਾਂਜੀ ਹਾਂਜੀ ਹਾਂਜੀ। ਕੀ ਬਣਾਉਂਦੇ ਸਭ ਤੋਂ ਟੇਸਟੀ? ਸਭ ਤੋਂ ਟੇਸਟੀ ਉਹ ਮੈਂ ਤਾਂ ਨਹੀਂ ਦੱਸ ਸਕਦੀ, ਉਹ ਤਾਂ ਜੋ ਖਾਊਗਾ ਉਹੀ ਦੱਸ ਸਕਦਾ, ਬਟ ਮੇਰੀ ਪਰਸਨਲ ਫੇਵਰੇਟ ਭਿੰਡੀ ਆ। ਓਕੇ, ਅਤੇ ਮੈਂ ਭਿੰਡੀ ਬਹੁਤ ਖਵਾਈ ਆ ਲੋਕਾਂ ਨੂੰ ਬਣਾ ਬਣਾ ਕੇ, ਜਦੋਂ ਮੈਂ ਚੰਡੀਗੜ੍ਹ ਪੜ੍ਹਦੀ ਹੁੰਦੀ ਸੀ, ਮੈਂ ਬਹੁਤ ਫੇਮਸ ਸੀ ਭਿੰਡੀ ਬਣਾਉਣ ਵਾਸਤੇ। ਕਿਆ ਬਾਤ ਹੈ, ਕੋਈ ਇਹੋ ਜਿਹੀ ਚੀਜ਼ ਤੁਸੀਂ ਆਪ ਬਣਾ ਕੇ ਆਪਣੇ ਫੈਨ ਨੂੰ ਖਿਲਾਉਣਾ ਚਾਹੋਗੇ? ਵਟ ਐਵਰ ਦੇ ਵਾਂਟ ਟੂ ਈਟ, ਮਤਲਬ ਜੋ ਵੀ ਉਹਨਾਂ ਦਾ ਫੇਵਰੇਟ ਹੋਊਗਾ, ਆਈ ਕੁਕ ਦੈਟ ਫੋਰ ਦੈਮ। ਓਕੇ, ਤੁਸੀਂ ਘਰਦਿਆਂ ਨੂੰ ਕਿੰਨਾ ਕੁ ਮਿਸ ਕਰਦੇ ਹੋ? ਬਹੁਤ ਜ਼ਿਆਦਾ, ਆਈ ਐਮ ਵਿਦ ਮਾਈ ਮੋਮ, ਅਤੇ ਮੈਂ ਮੰਮਾ ਨੂੰ ਰੋਜ਼ ਹਰ ਦਿਨ ਬਹੁਤ ਜ਼ਿਆਦਾ ਮਿਸ ਕਰਦੀ ਹਾਂ, ਪਰ ਹੁਣ ਮੈਂ ਇੰਡੀਆ ਤਾਂ ਮੈਂ ਬਹੁਤ ਖੁਸ਼ ਹਾਂ, ਕਿਉਂਕਿ ਮੰਮਾ ਮੇਰੇ ਨਾਲ ਹੀ ਹੁੰਦੇ ਨੇ ਜਦੋਂ ਮੈਂ ਇੰਡੀਆ ਹੁੰਦੀ ਹਾਂ। ਓਕੇ, ਸਿਮੀ, ਜੇ ਤੁਸੀਂ ਐਕਟਰ ਨਾ ਹੁੰਦੇ ਤਾਂ ਫਿਰ ਕੀ ਹੁੰਦੇ? ਮੇ ਬੀ ਕੁੱਕ ਹੀ ਹੋਣਾ ਸੀ ਮੈਂ, ਸੀਰੀਅਸਲੀ ਮੈਂ ਪੇਸਟਰੀ ਸ਼ੈੱਫ ਹੋਣਾ ਸੀ, ਮੈਨੂੰ ਕਾਫੀ ਸ਼ੌਂਕ ਆ, ਸੋ ਯਾ। ਮੈਨੂੰ ਵੀ ਯਾਰ, ਤੁਸੀਂ ਬਣਾ ਕੇ ਖਿਲਾਣਾ ਪੇਸਟਰੀ। ਪੱਕਾ ਪੱਕਾ ਪੱਕਾ, ਡਨ। ਤੁਹਾਨੂੰ ਵੀ ਮਿੱਠਾ ਪਸੰਦ ਆ? ਮੇਰੇ ਬਹੁਤ ਜ਼ਿਆਦਾ, ਮੈਨੂੰ ਬਹੁਤ ਪਸੰਦ ਹੈ ਮਿੱਠਾ। ਮੇਰੀ ਪ੍ਰੋਬਲਮ ਆ, ਕੋਈ ਬਹੁਤ ਔਖਾ ਹੁੰਦਾ ਸਾਡੇ ਵਰਗਿਆਂ ਨੂੰ ਨਾ ਡਾਇਟ ਕਰਨਾ, ਪਤਾ ਨਹੀਂ ਤੁਸੀਂ ਕਿੱਦਾਂ ਕਰ ਲੈਂਦੇ ਹੋ। ਨਹੀਂ, ਮੈਂ ਤਾਂ ਬਹੁਤ ਫੂਡੀ ਹਾਂ, ਮੈਂ ਖਾਂਦੀ ਹਾਂ। ਹਾਏ ਹਾਏ, ਹੈਲੋ, ਹਾਊ ਆਰ ਯੂ? ਬਹੁਤ ਵਧੀਆ, ਬਹੁਤ ਵਧੀਆ। ਓਕੇ, ਥੈਂਕ ਯੂ। ਪਲੀਜ਼ ਕੈਰੀ ਔਨ। ਆਈ ਲਵ ਦੀ ਆਫਿਸ ਬਾਈ ਦੀ ਵੇ। ਓਕੇ, ਥੈਂਕ ਯੂ। ਹੈਲੋ ਸਰ, ਤੇ ਕੋਈ ਇਹੋ ਜਿਹੀ ਮਿਸਟਰੀ ਜਿਹੜੀ ਹਜੇ ਤੱਕ ਸੋਲਵ ਨਹੀਂ ਹੋਈ? ਮਿਸਟਰੀ ਤਾਂ ਕੁਛ ਨਹੀਂ ਆ ਸੱਚ, ਮਿਸਟਰੀ ਗੋਲਸ ਨੇ ਬਹੁਤ ਸਾਰੇ, ਆਈ ਬੀ ਓਨੈਸਟ, ਜਿਹੜੇ ਕੰਪਲੀਟ ਕਰਨੇ ਨੇ, ਜਿਹੜੇ ਹੋਪਫੁਲੀ ਪੂਰੇ ਕਰਨੇ ਨੇ ਆਰਾਮ ਆਰਾਮ ਨਾਲ। ਮਿਸਟਰੀ ਤਾਂ ਆਈ ਗੈਸ ਐਵਰੀ ਵੁਮਨ ਨਾ ਇਜ਼ ਅ ਮਿਸਟਰੀ, ਹਰ ਲੜਕੀ ਇੱਕ ਪਹੇਲੀ ਹੈ। ਯੈਸ, 4 AM ਫਰੈਂਡ ਫਰੋਮ ਦੀ ਇੰਡਸਟਰੀ। ਫਰੋਮ ਦੀ ਇੰਡਸਟਰੀ? ਯੈਸ, I have very good friends in the industry, but I don't know. Actually, thodi ji gal putthi aa, kyunki 4 am calls minnu bahut aunde ne. Okay, minnu kat load pendi aa, so I am available for anyone, ki kise nu vi meri zarurat aa emotional talk waste, ki just to calm down. Matlab svere de 4 baje ki de sab to zyada calls aunde ne ya messages aunde ne? As such saryan de I'm
ਔਨ ਗੁੱਡ ਟਰਮਸ ਵਿਦ ਐਵਰੀਵਨ ਤਾਂ ਕਿਸੇ ਦਾ ਵੀ ਆ ਸਕਦਾ ਜਿਹਨੂੰ ਵੀ ਥੋੜਾ ਜਿਹਾ ਵੀ ਜੇ ਕੋਈ ਲੋਅ ਫੀਲ ਕਰ ਰਿਹਾ ਜਾਂ ਕਿਸੇ ਨੂੰ ਕੋਈ ਕੀ ਕਹਿੰਦੇ ਨੇ ਉਹ ਐਗਨੀ ਆਨ ਟਾਈਪ ਲਾਈਫ ਚ ਜ਼ਰੂਰਤ ਆ ਨੁਸਖੇ ਦੀ ਸਭ ਤੋਂ ਜ਼ਿਆਦਾ ਇੰਡਸਟਰੀ ਚੋਂ ਖੜੂਸ ਜਾਂ ਫਿਰ ਐਂਗਰੀ ਬੰਦਾ ਕੌਣ ਹੈ? ਨਹੀਂ ਮਤਲਬ ਬਾਈ ਗੋਡ ਗ੍ਰੇਸ ਮੈਨੂੰ ਲੱਗਦਾ ਇਹੋ ਜਿਹਾ ਕੋਈ ਮਿਲਿਆ ਨੀ ਹਜੇ ਤੱਕ। ਯਾਰ ਇਹ ਤਾਂ ਤੁਸੀਂ ਝੂਠ ਬੋਲ ਰਹੇ ਹੋ। ਨਹੀਂ ਨਹੀਂ ਸੱਚੀ ਮੈਂ ਆਈ ਹੈਵ ਬੀਨ ਬlesed ਵੀ ਮੈਨੂੰ ਅੱਜ ਤੱਕ ਬੰਬੂ ਕਾਰਡ ਤੋਂ ਲੈ ਕੇ ਸੱਚੀ ਇਹੋ ਜਿਹਾ ਕੋਈ ਨਹੀਂ ਮਿਲਿਆ ਖੜੂਸ ਜਾਂ ਗੁੱਸੇ ਵਾਲਾ ਤਾਂ ਕੋਈ ਨਹੀਂ ਮਿਲਿਆ। ਅੱਛਾ ਚਲੋ ਸੱਚੀ ਫਿਰ ਇਹ ਦੱਸ ਦਿਓ ਵੀ ਗੱਪੀ ਇਨਸਾਨ ਕੌਣ ਹੈ? ਗੱਪੀ ਵੀ ਤੁਸੀਂ ਨਾਮ ਨਾ ਦਵਾਓ ਹੁਣ ਮੈਨੂੰ ਸੱਚੀ ਇਦਾਂ ਨਹੀਂ ਪਤਾ। ਨਹੀਂ ਉਹਨਾਂ ਨੂੰ ਬੁਰਾ ਨਹੀਂ ਲੱਗਣਗਾ, ਤੁਸੀਂ ਇੰਨੇ ਕਿਊਟ ਹੋ, ਤੁਹਾਡੀ ਗੱਲ ਤਾਂ ਬੁਰਾ ਨਹੀਂ ਮੰਨਣਗੇ। ਨਹੀਂ ਨਹੀਂ ਬੁਰਾ ਲੱਗਣ ਦੀ ਗੱਲ ਨਹੀਂ ਹੈ ਪਰ ਮੈਨੂੰ ਲੱਗਦਾ ਨਹੀਂ ਇਹੋ ਜਿਹਾ ਕੋਈ ਹਜੇ ਤੱਕ ਇਨਕਾਊਂਟਰ ਕੀਤਾ ਮੈਂ। ਨਹੀਂ ਚਲੋ ਥੋੜਾ ਬਹੁਤ ਤਾਂ ਕਿਉਂਕਿ ਥੋੜਾ ਬਹੁਤ ਐਗਜ਼ੈਜਰੇਟ ਤਾਂ ਹਰ ਕੋਈ ਕਰਦਾ ਇੰਨੇ ਤਾਂ ਫਿਰ ਸਾਰੇ ਨਹੀਂ। ਚਲੋ ਕੋਈ ਨਹੀਂ ਹੈ ਤੁਸੀਂ ਕਦੇ ਗੱਪ ਮਾਰੀ? ਮੈਂ ਪਰਹੇਜ਼ ਹੀ ਕਰਦੀ ਹਾਂ ਵੈਸੇ ਬਟ ਹੋ ਸਕਦਾ ਕੁਆਈਟ ਪੋਸੀਬਲ ਕਿਉਂਕਿ ਕਈ ਇਨਸਾਨ ਦੇ ਲਾਈਫ 'ਚ ਇਹੋ ਜਿਹੇ ਫੇਜ਼ਿਸ ਹੁੰਦੇ ਨੇ ਜਦੋਂ ਇਨਸਾਨ ਸਮਝਦਾ ਗੱਪ ਇੱਦਾਂ ਨਹੀਂ ਕੁਛ ਯਾਰ ਫਨੀ ਵੇਚ ਅਸੀਂ ਫਰੈਂਡਸ ਨਾਲ ਕਰ ਦਿੰਦੇ ਨਾ ਮਜ਼ਾਕ ਫਨ ਵੇਚ ਹੋ ਸਕਦਾ ਫਨ ਵੇਚ ਹੋ ਸਕਦਾ ਯਾ ਦੱਸੋ ਫਿਰ ਕਿਹੜੀ ਗੱਪ ਮਾਰੀ ਹੈ? ਕੁਛ ਇਹੋ ਜਿਹਾ ਹੀ ਹੋਊਗਾ ਉਹਨਾਂ ਨੂੰ ਹਸਾਉਣ ਵਾਸਤੇ ਕੁਛ ਕਿਹਾ ਹੋਊਗਾ ਮੈਂ ਵੀ ਉਹ ਹੱਸ ਲੈਣ ਵਿਚਾਰੇ ਯਾ ਇਦਾਂ ਦਾ ਕੁਛ ਹੋਊਗਾ ਪੱਕਾ। ਤੇ ਲੇਜ਼ੀਐਸਟ ਕੌਣ ਹੈ ਤੁਹਾਡੇ ਅਕੋਰਡਿੰਗ? ਮੈਂ ਹੇਅਰ ਰਾਈਟ ਹੇਅਰ ਮੈਂ ਬਹੁਤ ਜ਼ਿਆਦਾ ਲੇਜ਼ੀ ਹਾਂ ਬਹੁਤ ਜ਼ਿਆਦਾ ਲੇਜ਼ੀ ਅਤੇ ਬਟ ਮੈਂ ਟਰਾਈ ਕਰਦੀ ਹਾਂ ਜਦੋਂ ਕੰਮ ਹੁੰਦਾ ਉਦੋਂ ਐਕਸਾਈਟਮੈਂਟ ਨਾਲ ਉੱਠ ਜਾਂਦੀ ਹਾਂ ਬਟ ਇਫ ਆਈ ਐਮ ਨੋਟ ਵਰਕਿੰਗ ਯੂ ਵਿਲ ਨੈਵਰ ਸੀ ਮੀ ਆਊਟ ਆਫ ਦਾ ਹੋਮ ਮੈਂ ਹਮੇਸ਼ਾ ਤੁਸੀਂ ਮੈਨੂੰ ਘਰੇ ਹੀ ਮਿਲੋਗੇ ਮਤਲਬ ਮੈਂ ਤੁਹਾਨੂੰ ਘਰੇ ਹੀ ਮਿਲੂੰਗੀ। ਓਕੇ ਜੀ ਠੀਕ ਹੈ। ਫਨੀਐਸਟ ਰੂਮਰ ਐਵਰ ਰੀਡ? ਰੂਮਰਸ ਕਿ ਮੇਰਾ ਵਿਆਹ ਹੋ ਗਿਆ। ਮੈਂ ਕਿਹਾ ਓਕੇ ਮੈਨੂੰ ਤਾਂ ਪਤਾ ਨਹੀਂ ਥੈਂਕ ਯੂ ਜੀ। ਅਤੇ ਮਤਲਬ ਤੁਹਾਨੂੰ ਕਿਵੇਂ ਦਾ ਲਾਈਕ ਫੀਲ ਹੋਇਆ ਇਹੋ ਜਿਹਾ ਰੂਮਰ ਪੜ੍ਹ ਕੇ ਵੀ ਤੁਹਾਡਾ ਵਿਆਹ ਹੀ ਕਰਾਤਾ ਲੋਕਾਂ ਨੇ? ਹਾਂਜੀ ਬਟ ਇਟਸ ਫਨ ਨਾ ਵਧੀਆ ਲੱਗ ਰਿਹਾ ਸੀ ਯਾਰ। ਨਹੀਂ ਕਿਸੇ ਨਾਲ ਨਹੀਂ ਬਸ ਇੱਦਾਂ ਕਿ ਸਿੰਮੀ ਜੀ ਦਾ ਵਿਆਹ ਹੋ ਗਿਆ ਮੈਂ ਕਿਹਾ ਓਕੇ ਓਕੇ। ਵੈਸੇ ਜੇ ਤੁਹਾਨੂੰ ਵਿਆਹ ਤਾਂ ਕਰਾਉਣਾ ਹੀ ਹੈ ਓਬਵੀਅਸਲੀ ਅਤੇ ਜੇ ਕਿਸੇ ਯੂ ਨੋ ਆਰਟਿਸਟ ਮਤਲਬ ਸੈਲੀਬ੍ਰਿਟੀ ਨਾਲ ਕਰਾਉਣਾ ਹੋਵੇ ਤਾਂ ਉਹ ਕੌਣ ਹੋਊਗਾ? ਬਾਲੀਵੁੱਡ 'ਚ ਓਬਵੀਅਸਲੀ ਐਵਰੀਵਨ ਮੈਰਿਡ ਇਨ ਬਾਲੀਵੁੱਡ ਯਾਰ ਸਾਰੇ ਆਲਮੋਸਟ ਸਾਰੇ ਮੈਰਿਡ ਨੇ ਤਾਂ ਗੁੱਡ ਬਾਏ ਟਾਟਾ ਬਾਏ ਥੈਂਕ ਯੂ। ਓਕੇ ਤੁਸੀਂ ਅੰਬਾਲੇ 'ਚ ਰਹਿ ਕੇ ਵੀ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ ਇਹ ਤਾਂ ਗਿਰਾ। ਇਹ ਮੰਮੀ ਇਹ ਮੇਰੇ ਮਾਤਾ ਸ਼੍ਰੀ ਜੀ ਬਿਕਾਜ਼ ਮੰਮਾ ਬਰਨਾਲੇ ਤੋਂ ਨੇ ਅਤੇ ਆਪਾਂ ਫਿਰ ਪੂਰੇ ਜੱਟ ਫੈਮਿਲੀ ਅਤੇ ਮੰਮਾ ਨੇ ਸ਼ੁਰੂ ਤੋਂ ਪੰਜਾਬੀ ਬੁਲਵਾਈ ਆ ਕਰੇ। ਓਕੇ ਯੂਅਰ ਸੀਕਰੇਟ ਕੀਪਰ ਫਰੋਮ ਦੀ ਇੰਡਸਟਰੀ? ਫਰੋਮ ਦੀ ਇੰਡਸਟਰੀ ਆਈ ਬੀ ਓਨੈਸਟ ਮੈਨੂੰ ਐਜ ਸੱਚ ਇੰਡਸਟਰੀ 'ਚ ਨਹੀਂ ਆ ਇੱਦਾਂ ਕੋਈ ਸੀ ਕਿਉਂਕਿ ਮੇਰੇ ਇੰਨੇ ਕੋਈ ਸੀਕਰੇਟਸ ਹੀ ਨਹੀਂ ਆ ਤਾਂ ਕੀਪਰ ਦਾ ਬਾਅਦ ਚੋਂ ਆਊਗਾ। ਓਕੇ ਆਰ ਯੂ ਪੈਟ ਲਵਰ? ਯੈਸ ਬਿਗ ਟਾਈਮ ਪੈਟ ਲਵਰ ਮੈਨੂੰ ਨੋਟ ਜਸਟ ਡੋਗਸ ਮੈਨੂੰ ਐਨੀਮਲਸ ਦਾ ਬਹੁਤ ਸ਼ੌਂਕ ਆ ਔਨ ਹੋਲ ਤਾਂ ਮੈਨੂੰ ਮੈਂ ਕਿਸੇ ਵੀ ਚੀਜ਼ ਨੂੰ ਪਾਲ ਸਕਦੀ ਹਾਂ ਕੋਈ ਵੀ ਸ਼ੇਰ ਕੁੱਤਾ ਬਿੱਲੀ ਮਗਰਮੱਛ ਐਨੀਥਿੰਗ ਹੈਮਸਟਰ ਤੇ ਕੁੜੀਆਂ ਨੂੰ ਡਰ ਲੱਗਦਾ ਨਾ ਛਿਪਕਲੀਆਂ ਤੋਂ ਕੋਕਰੋਚਸ ਤੋਂ ਤੁਹਾਨੂੰ ਨਹੀਂ ਲੱਗਦਾ? ਨਹੀਂ ਮੈਨੂੰ ਹਾਂਜੀ ਛਿਪਕਲੀ ਤੋਂ ਅਤੇ ਸਪਾਈਡਰ ਤੋਂ ਥੋੜ੍ਹਾ ਬਹੁਤ ਯੈਸ ਬਿਕਾਜ਼ ਅ ਲਿਟਲ ਸਪਾਈਡਰ ਤੋਂ ਪਰ ਬਾਕੀ ਸਭ ਸਨੇਕਸ ਆਈ ਲਵ। ਮੈਨੂੰ ਪਤਾ ਮੈਂ ਜਦੋਂ ਮੇਰਾ ਘਰ ਹੋਊਗਾ ਮੇਰਾ ਇੱਕ ਕਮਰਾ ਡੈਡੀਕੇਟਡ ਹੋਊਗਾ ਪੂਰੇ ਐਨੀਮਲਸ ਹੋਊਗੇ। ਓਕੇ ਜ਼ੂ ਬਣਾਉਣਾ ਤੁਸੀਂ? ਹੈਵ ਯੂ ਐਵਰ ਟ੍ਰਾਈਡ ਡੌਗ ਫੂਡ? ਯੈਸ ਆਈ ਹੈਵ। ਕੀ ਮੈਂ ਇੰਟੈਂਸ਼ਨਲੀ ਟ੍ਰਾਈ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਵੀ ਉਹ ਡੌਗ ਫੂਡ ਆ ਮੇਰੇ ਤੋਂ ਖਾਧਾ ਗਿਆ ਤੇ ਮੈਂ ਕਿਹਾ ਚਲੋ ਕੋਈ ਨਾ ਟੇਸਟ ਕਿਵੇਂ ਦਾ ਸੀ? ਠੀਕ ਸੀ ਇਟ ਵਾਸ ਓਕੇ ਠੀਕ ਸੀ ਖਾ ਸਕਦੇ ਇਨਸਾਨ ਉਹਦਾ ਮਾੜਾ ਨਹੀਂ ਸੀ ਇੰਨਾ ਕੁਛ ਬਸ ਇੱਕ ਪ੍ਰੋਮੀਨੈਂਟ ਜਿਹਾ ਟੇਸਟ ਸੀ ਉਹ 'ਚ ਪਰ ਠੀਕ ਸੀ। ਓਕੇ ਕਦੇ ਕਿਸੇ ਨੂੰ ਪੰਜਾਬੀ ਇੰਡਸਟਰੀ ਵਿੱਚੋਂ ਡੇਟ ਕੀਤਾ ਹੈ? ਨਹੀਂ ਨਹੀਂ ਹਜੇ ਤੱਕ ਤਾਂ ਨਹੀਂ। ਮੈਂ ਤੁਹਾਨੂੰ ਕਿਹਾ ਨਾ ਐਵਰੀਵਨ ਇਜ਼ ਮੈਰਿਡ ਤਾਂ ਕੋਈ ਸੋਹਣਾ ਜਿਹਾ ਵਧੀਆ ਜਿਹਾ ਵਧੀਆ ਮੁੰਡਾ ਜੇ ਆਇਆ ਜੋ ਮੈਰਿਡ ਨਹੀਂ ਹੋਊਗਾ ਦੈਨ ਵਿਲ ਸੀ। ਓਕੇ ਕੋਈ ਸੈਲੀਬ੍ਰਿਟੀ ਕ੍ਰਸ਼ ਤਾਂ ਹੋਊਗਾ ਫਿਰ? ਸੈਲੀਬ੍ਰਿਟੀ ਕ੍ਰਸ਼ ਐਸ ਸੱਚ ਹੁਣ ਝੂਠ ਨਹੀਂ ਤੁਸੀਂ ਬੋਲ ਸਕਦੇ? ਨਹੀਂ ਨਹੀਂ ਸੱਚੀ ਨਹੀਂ ਤੁਹਾਨੂੰ ਪਤਾ ਕਿਉਂਕਿ ਮੈਂ ਫੇਵਰਟਿਜ਼ਮ 'ਚ ਵੀ ਇੰਨਾ ਬਿਲੀਵ ਨਹੀਂ ਕਰਦੀ ਕ੍ਰਸ਼ ਕ੍ਰਸ਼ ਤਾਂ ਯਾਰ ਸਾਰੇ ਆਰਟਿਸਟ ਸਿੰਗਰ ਐਕਟਰਸ ਉਹ ਸਾਰੇ ਨਾਰਾਜ਼ ਹੋ ਜਾਣਗੇ ਕ੍ਰਸ਼ ਨਹੀਂ ਤੁਹਾਡਾ ਕੋਈ? ਸਾਰੇ ਚੰਗੇ ਨੇ ਐਵਰੀਵਨ ਇਜ਼ ਨਾਈਸ। ਓਕੇ ਮੈਨੂੰ ਨਹੀਂ
I like all the girls in our industry. Yaar I'll sorry theek hai kudiyan badiyan pyari lagde ne saadi industry di. Okay, favorite thing jehdi tusi Punjab ch aksar karde ho? Rasmalai. Rasmalai khani nahi bhuldi main ਜਦੋਂ ਤੋਂ ਇੱਥੇ ਸਕੂਲ 'ਚ ਪੜ੍ਹਦੀ ਸੀ ਗੋਪਾਲ ਸੀ ਇੱਥੇ 15 ਸੈਕਟਰ ਮੈਂ ਉੱਥੋਂ ਰਸਮਲਾਈ ਖਾਣੀ ਸ਼ੁਰੂ ਕੀਤੀ ਸੀ ਮੈਂ 11ਵੀਂ 'ਚ ਪੜ੍ਹਦੀ ਸੀ ਉਦੋਂ ਅਤੇ ਉਹ ਮੇਰਾ ਹਜੇ ਤੱਕ ਚੱਲ ਰਿਹਾ ਇੰਨੇ ਸਾਲਾਂ ਤੋਂ ਉਹ ਨਹੀਂ ਟੁੱਟਦਾ ਜਿਹੜੀ ਡਰਿੱਲ ਆ ਨਾ ਉਹ ਵੈਨਐਵਰ ਆਈ ਕਮ ਮੈਂ ਗੋਪਾਲ ਤੋਂ ਰਸਮਲਾਈ ਜ਼ਰੂਰ ਖਾਂ ਓਕੇ ਓਕੇ ਵਟਸਐਪ 'ਤੇ ਕਿਹੜੀ ਫੇਵਰੇਟ ਇਮੋਜੀ ਹੈ ਤੁਹਾਡੀ ਏਲੀਅਨ ਵਾਲੀ ਆਈ refer to it oh main bahut mainu lagda oh it represents me haan. alien wali bahut achhi lagdi hai ek oh jehde eye roll nahi edda haanji haanji yeah I really like that oh bahut use kardi hai main edda wala te matlab oh alien wala kyon thonu matlab alien wala hi kyon pasand hai edda pata nahi kuch edda thoda relate kar banni hai main edda na from different universe space to ha something different okay ਜੇ ਇਨ ਫਿਊਚਰ ਕਦੇ ਕੋਈ ਬਿਜ਼ਨਸ ਕ੍ਰੀਏਟ ਕਰਨਾ ਚਾਹੋ ਤੁਸੀਂ ਤਾਂ ਕਿਹੜਾ ਕਰੋਗੇ ਐਜ਼ ਆ ਟੋਲਡ ਯੂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਤੇ ਪੇਸਟਰੀ ਸ਼ੈਫ ਹੁੰਦੀ ਜੇ ਮੈਂ ਐਕਟਰ ਨਾ ਹੁੰਦੀ ਤੇ ਫਿਰ ਮੇਰੀ ਹੋਊਗੀ ਬੇਕਰੀ ਛੋਟੀ ਜਿਹੀ ਕਿਉਂ ਜੀ ਕਿਉਂ ਆਇਓ ਤੁਸੀਂ ਮੈਂ ਪੱਕਾ ਆਉਂਗੀ ਸਾਰੀ ਪੇਸਟਰੀਜ਼ ਮੈਂ ਖਾ ਕੇ ਜਾਊਂਗੀ ਜੇ ਕਦੀ ਰੀਬਰਥ ਦਾ ਮੌਕਾ ਮਿਲੇ ਤੁਹਾਨੂੰ ਤਾਂ ਕੀ ਬਣ ਕੇ ਆਉਣਾ ਚਾਹੋਗੇ ਹੁਣ ਏਲੀਅਨ ਨਾ ਕਹਿ ਦਿਓ ਪਲੀਜ਼ ਮੈਂ ਕਹਿਣ ਹੀ ਲੱਗੀ ਸੀ ਤੁਸੀਂ ਦੇਖ ਲਓ You know me. Yes, I know you. I guess I'm blessed. A life bahut zyada pyari hai jehdi haje already. Te maybe see me again. I would love to have the same mother and yes. the same brother. So yeah, myself again. See me relationship status. Single, like a Pringle and not ready to mingle. But why? I feel I'm married to acting. So much it feels like you know acting is my husband already okay so haje pura idda hi lagda hor kithe dhyan janda nahi वैसे मैं ना हुन नेक्स्ट पूछण वाली थी भी हजे तक किन्ने रिलेशनशिप रहे ने हुन तुसी कहता भी एक्टिंग इज माय हस्बैंड ता मैं नहीं नहीं इन पास्ट आई हैव हैड रिलेशंस बट फॉर नाउ इट्स एक्टिंग ओके कदे ड्रंक डायल एक्स वाला किस्सा होया थोड़े नाल नहीं आई डोंट ड्रिंक जे करदी हुंदी पक्का हो जांदा सी ते मतलब थोड़ा जा एक्ट करके दिखाओ भी किद्दा फिर तुसी गल करदे अच्छा ओके पीती हुई है मैं हाँ I'm high हेलो I am very happy without you okay bye good night सुपर ओके let's go मेनू काम दा कॉल आ रहा कोई एहो जी चीज जिस दे नाल यू गेट इरिटेटेड इजीली ਮੈਨੂੰ ਝੂਠ ਤੋਂ ਕਾਫੀ ਪ੍ਰੋਬਲਮ ਆ ਓਕੇ ਮੈਂ ਆਪ ਵੀ ਅਵੋਇਡ ਹੀ ਕਰਦੀ ਆ ਉਹ ਹਿਊਮਨਲੀ ਪੋਸੀਬਲ ਨਹੀਂ ਆ ਕਿ ਕਦੀ ਵੀ ਨਾ ਬੋਲੇ ਇਨਸਾਨ ਪਰ ਜਿੱਥੇ ਤੱਕ ਮੈਨੂੰ ਪਤਾ ਮੈਂ ਝੂਠ ਬਹੁਤ ਜ਼ਿਆਦਾ ਘੱਟ ਬੋਲਦੀ ਆ ਤੇ ਅਵੋਇਡ ਕਰਦੀ ਆ ਤੇ ਝੂਠ ਤੋਂ ਮੈਨੂੰ ਕਾਫੀ ਜ਼ਿਆਦਾ ਇਰੀਟੇਸ਼ਨ ਹੋ ਜਾਂਦੀ ਆ ਮੈਨੂੰ ਆ ਕਿ ਐਕਸਪ੍ਰੈਸ ਕਰੋ ਆਪਣੇ ਆਪ ਨੂੰ ਚਾਹੇ ਬੁਰਾ ਚਾਹੇ ਮਾੜਾ ਥੈਂਕ ਯੂ ਸੋ ਮਚ ਬੁਰਾ ਚਾਹੇ ਚੰਗਾ ਪਰ ਐਕਸਪ੍ਰੈਸ ਕਰੋ ਤੇ ਸਿੱਧਾ ਮੂੰਹ ਤੇ ਬੋਲੋ ਡੋਨਟ ਕੀਪ ਐਨੀਥਿੰਗ ਇਨ ਹਾਰਟ ਦਿਲ ਚ ਕੁਛ ਨਾ ਰੱਖੋ ਐਗਜ਼ੈਕਟਲੀ ਤੇ ਕੋਈ ਇਹੋ ਜਿਹਾ ਗਿਫਟ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੈ ਗਿਫਟਸ ਐਸ ਸੱਚ ਤਾਂ ਕੋਈ ਨਹੀਂ ਆ ਮੈਨੂੰ ਲੱਗਦਾ ਯਾਰ ਗਿਫਟ ਤਾਂ ਤੁਹਾਨੂੰ ਬਹੁਤ ਸਾਰੇ ਮਿਲਦੇ ਹੋਣਗੇ ਮਤਲਬ ਮਿਲਦੇ ਨੇ ਹਾਂਜੀ ਮਤਲਬ ਉਹੀ ਨਾ ਫੇਵਰਿਟਿਜ਼ਮ ਵਾਲੀ ਗੱਲ ਆ ਜਾਂਦੀ ਇੱਥੇ ਮੈਨੂੰ ਫੇਵਰਿਟ ਕੋਈ ਨਹੀਂ ਆ ਹਰ ਇਨਸਾਨ ਨਾ ਕੁਛ ਦਿਲ ਨਾਲ ਦਿੰਦਾ ਹਨਾ ਆਪਣੀ ਆਪਣੀ ਫੀਲਿੰਗਸ ਹੁੰਦੀਆਂ ਨੇ ਇਨਸਾਨ ਦੀ ਅਟੈਚਡ ਉਸ ਚੀਜ਼ ਨਾਲ ਤਾਂ ਉਹ ਹਰ ਗਿਫਟ ਹੀ ਸਪੈਸ਼ਲ ਆ ਚਾਹੇ ਛੋਟਾ ਚਾਹੇ ਵੱਡਾ ਐਵਰੀਥਿੰਗ ਇਜ਼ ਸਪੈਸ਼ਲ ਓਕੇ ਸੀ ਮੈਂ ਇੱਕ ਤਾਂ ਤੁਸੀਂ ਬਹੁਤ ਪ੍ਰੀਟੀ ਹੋ ਠੀਕ ਹੈ ਨਾ ਤੇ ਮੇਕਅਪ ਕਿਟ ਵਿੱਚੋਂ ਬੈਸਟ ਚੀਜ਼ ਕਿਹੜੀ ਆ ਮੈਨੂੰ ਲਿਪ ਬਾਮ ਦੀ ਮੈਂ ਬਹੁਤ ਵੱਡੀ ਫੈਨ ਆ ਮੈਨੂੰ ਮਸਕਾਰਾ ਬਹੁਤ ਪਸੰਦ ਆ ਮੈਂ ਮਸਕਾਰਾ ਤੇ ਲਿਪ ਬਾਮ ਹਮੇਸ਼ਾ ਕੈਰੀ ਕਰਦੀ ਹਾਂ ਚਾਹੇ ਹੋਰ ਕੁਝ ਹੋਵੇ ਨਾ ਹੋਵੇ ਸੋ ਆਈ ਜਸਟ ਪੁੱਟ ਮਸਕਾਰਾ ਐਂਡ ਲਿਪ ਬਾਮ ਓਕੇ ਫੇਵਰੇਟ ਲਿਪ ਕਲਰ ਜਿਹੜਾ ਮੈਂ ਹਜੇ ਲਾਇਆ ਹੋਇਆ ਸਮਥਿੰਗ ਇਨ ਪਿੰਕਿਸ਼ ਜਾਂ ਨਿਊਡਿਸ਼ ਜਾਂ ਫੇਵਰੇਟ ਫਰੂਟ ਆਈ ਰੀਲੀ ਲਾਈਕ ਮੈਂਗੋਜ਼ ਆਈ ਲਵ ਬਨਾਨਾ ਮੈਨੂੰ ਆਲਮੋਸਟ ਸਾਰੇ ਫਰੂਟਸ ਚੰਗੇ ਲੱਗਦੇ ਨੇ ਮੈਂ ਸੱਚੀ ਦੱਸਾਂ ਆਲਮੋਸਟ ਐਵਰੀਥਿੰਗ ਫੇਵਰੇਟਿਜ਼ਮ ਵਾਲੀ ਗੱਲ ਹੁਣ ਮੈਂ ਸਮਝ ਗਈ ਤੁਹਾਡੀ ਸੀਰੀਅਸਲੀ ਮੈਂ ਇੱਕ ਚੀਜ਼ ਤੇ ਨਹੀਂ ਅਟਕਦੀ ਮੈਨੂੰ ਹੁੰਦਾ ਹਰ ਚੀਜ਼ ਦੀ ਆਪਣੀ ਆਪਣੀ ਸਪੈਸ਼ਲਿਟੀ ਹੈ ਇੰਜੋਏ ਇਟ ਓਕੇ ਅ ਸੌਂਗ ਡੈਡੀਕੇਟਿਡ ਟੂ ਯੂ ਸੌਂਗ ਡੈਡੀਕੇਟਿਡ ਟੂ ਮੀ ਯੈਸ ਮੇਰਾ ਬਚਪਨ ਤੋਂ ਇੱਕ ਹੀ ਗਾਣਾ ਜਿਹੜਾ ਮੈਂ ਆਪਣੇ ਨਾਲ ਰਿਲੇਟ ਕਰ ਪਾਉਣੀ ਆ ਦੈਟ ਇਜ਼ ਦਿਲ ਹੈ ਛੋਟਾ ਸਾ ਓ ਵਾਓ ਛੋਟੀ ਸੀ ਆਸ਼ਾ ਦੈਟਸ ਮਾਈ ਫੇਵਰਿਟ ਸੌਂਗ ਟੂ ਯਾ ਤੁਹਾਡਾ ਡ੍ਰੀਮ ਪ੍ਰੋਜੈਕਟ ਕੀ ਆ ਡ੍ਰੀਮ ਪ੍ਰੋਜੈਕਟ
I'll be honest, ਉਹੀ ਮੈਨੂੰ ਲੱਗਦਾ ਇਹ ਹਰ ਚੀਜ਼ ਨਾ ਫੇਵਰਿਟਿਜ਼ਮ ਤੇ ਆ ਕੇ ਰੁਕ ਜਾਂਦੀ ਆ ਦੀ ਡ੍ਰੀਮ ਪ੍ਰੋਜੈਕਟ ਨਹੀਂ ਐਸ ਸੱਚ ਬਟ ਆਈ ਡੂ ਹੈਵ ਅ ਡ੍ਰੀਮ ਕਿ ਬਾਲੀਵੁੱਡ ਨੂੰ ਨਾ ਹੌਲੀ ਹੌਲੀ ਮਤਲਬ ਮੈਂ ਉਹਦੀ ਪ੍ਰੋਗਰੈਸ 'ਚ ਯੋਗਦਾਨ ਜਿੱਦਾਂ ਦੇ ਰਹੀ ਹਾਂ ਤਾਂ ਦਿੰਦੀ ਰਹਾਂ ਐਂਡ ਆਈ ਰੀਅਲੀ ਵਾਂਟ ਟੂ ਸੀ ਬਾਲੀਵੁੱਡ ਗਰੋ ਗਰੋ ਐਂਡ ਗਰੋ ਇੱਕ ਇਹੋ ਜਿਹੇ ਮੁਕਾਮ 'ਤੇ ਜਿੱਥੇ ਲੋਕ ਮੈਨੂੰ ਇਹ ਕੁਐਸਚਨ ਨਾ ਪੁੱਛ ਸਕਣ ਵੀ ਤੁਸੀਂ ਬਾਲੀਵੁੱਡ ਕਦ ਜਾਣਾ ਕਿਉਂਕਿ ਇਹ ਸਾਡਾ ਬਾਲੀਵੁੱਡ ਹੀ ਆ ਹਾਂਜੀ ਤੇ ਸਿਮੀ ਹੁਣ ਲਾਸਟ ਮੈਂ ਤੁਹਾਨੂੰ ਨਾ ਇੱਕ ਟਾਸਕ ਦੇਣ ਲੱਗੀ ਆ ਤੇ ਆਰ ਯੂ ਰੈਡੀ ਹਾਂਜੀ ਹਾਂਜੀ ਆਲਵੇਜ਼ ਚਲੋ ਫਿਰ ਆਪਣਾ ਕੋਈ ਫੇਵਰੇਟ ਡਾਇਲੋਗ ਤੁਸੀਂ ਹਰਿਆਣਾ ਵਿੱਚ ਬੋਲਣਾ ਹੈ ਆਪਣਾ ਕੋਈ ਫੇਵਰੇਟ ਨਹੀਂ ਤੁਸੀਂ ਤੁਸੀਂ ਦੱਸੋ ਕਿਹੜਾ ਮੈਂ ਆਈਲ ਡੂ ਇਟ ਕਿਹੜਾ ਬੋਲ ਯਾਰ ਬਹੁਤ ਸਾਰੇ ਨੇ ਤੁਹਾਡਾ ਚਲੋ ਭਾਬੀ ਵਾਲਾ ਬੋਲ ਦੋ ਭਾਬੀ ਵਾਲਾ ਹਾਂ ਓਕੇ ਭਾਬੀ ਸ਼ਕਲ ਤੋਂ ਦਿਖਾ ਦੇ ਭਾਬੀ ਦਿਖਾ ਦੇਣਾ ਅੱਛਾ ਚਲ ਇੱਕ ਉਂਗਲੀ ਦਿਖਾ ਦੇ ਭਾਬੀ ਦਿਖਾ ਦੇ ਭਾਬੀ ਐਸੇ ਮਤ ਕਰ ਸਮਥਿੰਗ ਲਾਈਕ ਦੈਟ ਲਾਈਕ ਆਮ ਨਾਟ ਰੈਡੀ ਗੁੱਡ ਬਹੁਤ ਸੋਹਣਾ ਸੀਗਾ ਮੈਂ ਇੰਨੀ ਵਧੀਆ ਨਹੀਂ ਹੈਰਾਨ ਵੀ ਸੀ ਬਟ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ESS ਗਲੋਬਲ ਲੈ ਕੇ ਆਇਆ ਆਨਲਾਈਨ ਪਲੈਟਫਾਰਮ ਹੁਣ ਘਰੇ ਬੈਠ ਕੇ ਆਨਲਾਈਨ ਕਾਉਂਸਲਿੰਗ ਲੈ ਸਕਦੇ ਹੋ ਘਰੇ ਬੈਠ ਕੇ ਬਾਹਰ ਜਾਣ ਦੇ ਸੁਪਨੇ ਨੂੰ ਪੂਰੇ ਕਰ ਸਕਦੇ ਹੋ ਘਰੇ ਬੈਠ ਕੇ ਤੁਸੀਂ ਆਪਣੀ ਐਡਮਿਸ਼ਨ ਡਾਕੂਮੈਂਟ ਅਪਲੋਡ ਕਰ ਸਕਦੇ ਹੋ